ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਇਸ ਮੰਚ ਦੇ ਉੱਤੇ ਨਾਰਥ ਅਮਰੀਕਾ ਦੇ ਵਿੱਚ ਵਸਦੇ ਜਿੰਨੇ ਵੀ ਦਰਸ਼ਕ ਸਾਨੂੰ ਇਸ ਟਾਈਮ ਵੇਖ ਰਹੇ ਨੇ, ਉਹਨਾਂ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ, ਜੀ ਆਇਆਂ ਨੂੰ ਕਰਦਾ। ਅਤੇ ਨਾਲ ਹੀ ਸਾਰਿਆਂ ਨੂੰ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਇਸ ਮੰਚ ਦੇ ਉੱਤੇ ਜਿਹੜੇ ਮਸਲੇ ਅਸੀਂ ਲੈ ਕੇ ਆਉਂਦੇ ਹਾਂ, ਉਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲ ਭਾਵੇਂ ਉਹ ਸਿਆਸਤ ਹੋਵੇ ਜਾਂ ਫਿਰ ਗੱਲ ਭਾਵੇਂ ਪੰਥਕ ਹੋਵੇ ਜਾਂ ਫਿਰ ਸਿਆਸੀ ਮਾਹਿਰਾਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਹੋਣ, ਤਾਂ ਹਮੇਸ਼ਾ ਅਸੀਂ ਇਸ ਦੇ ਉੱਤੇ ਰੱਖਦੇ ਹਾਂ। ਅੱਜ ਜਿਹੜਾ ਅਹਿਮ ਵਿਸ਼ਾ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ, ਉਹ ਵਿਸ਼ਾ ਨਾ ਸਿਰਫ ਇੰਡੀਆ ਦੇ ਵਿੱਚ, ਇਸ ਵਿਸ਼ੇ ਦੇ ਉੱਤੇ ਆਲ ਓਵਰ ਵਰਲਡ ਦੇ ਵਿੱਚ, ਯਾਨੀ ਕਿ ਵਿਸ਼ਵ ਦੇ ਹਰ ਪਾਸੇ ਇਸ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਹੈ, ਇਸ ਮੁੱਦੇ ਦੇ ਉੱਤੇ ਗੱਲ ਹੋ ਰਹੀ ਹੈ। ਔਰ ਮੁੱਦਾ ਇਸ ਟਾਈਮ ਬਹੁਤ ਜ਼ਿਆਦਾ ਗਰਮਾਇਆ ਹੋਇਆ, ਔਰ ਗਰਮਾਏ ਵੀ ਕਿਉਂ ਨਾ। ਕਹਿੰਦੇ ਕਿ ਜਦ ਆਸਥਾ ਹੁੰਦੀ ਹੈ ਔਰ ਜਦ ਉਸ ਆਸਥਾ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਹਨ, ਤਾਂ ਫਿਰ ਅੱਖਾਂ ਜਿਹੜੀਆਂ ਉਹ ਬੰਦ ਕਰ ਲਈਆਂ ਜਾਂਦੀਆਂ ਨੇ ਜਾਂ ਫਿਰ ਬੰਦ ਹੋ ਜਾਂਦੀਆਂ ਹਨ। ਔਰ ਆਸਥਾ ਦੇ ਉੱਤੇ ਜਿਹੜੀ ਹੈ ਉਹ ਫਿੰਗਰ ਪੁਆਇੰਟਿੰਗ ਨਹੀਂ ਹੋ ਸਕਦੀ, ਆਪਾਂ ਉਂਗਲ ਨਹੀਂ ਚੱਕ ਸਕਦੇ ਕਿ ਚਲੋ ਹਰ ਕਿਸੇ ਦੀ ਆਸਥਾ ਹੈਗੀ ਹੈ। ਵਰਲਡ ਵਿੱਚ ਕਈ ਸਾਰੇ ਧਰਮ ਨੇ, ਕਈ ਸਾਰੇ ਰਿਲੀਜਨ ਨੇ, ਔਰ ਹਰ ਰਿਲੀਜਨ ਦੀ ਆਪਣੇ ਪ੍ਰਿੰਸੀਪਲਸ ਨੇ, ਆਪਣੇ ਗਾਈਡਲਾਈਨਸ ਨੇ, ਆਪਣੀ ਆਈਡੀਓਲੋਜੀ ਹੈ। ਪਰ ਜਿਸ ਮੁਲਕ ਤੋਂ ਅਸੀਂ ਆਉਂਦੇ ਹਾਂ, ਜੋ ਮੁਲਕ ਸਾਡੀ ਜਨਮ ਭੂਮੀ ਹੈ, ਉਸ ਮੁਲਕ ਦੇ ਵਿੱਚ ਇਸ ਟਾਈਮ ਹਾਲ ਫਿਲਹਾਲ ਦੇ ਵਿੱਚ ਕੀ ਹੋ ਰਿਹਾ ਉਹ ਅਸੀਂ ਬਖੂਬੀ ਜਾਣਦੇ ਹਾਂ ਕਿ ਇਹ ਵਾਕਈ ਆਸਥਾ ਨੂੰ ਲੈ ਕੇ ਜਿਹੜੀ ਲੋਕਾਂ ਦੇ ਵਿੱਚ ਪ੍ਰਸ਼ੰਸਾ ਸੀ ਕਹਿ ਲਈਏ, ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ, ਜਾਂ ਫਿਰ ਪਰਟੀਕੁਲਰ ਅਸੀਂ ਗੱਲ ਕਰ ਲਈਏ ਹਿੰਦੂ ਰਿਲੀਜਨ ਦੇ ਵਿੱਚ ਖੁਸ਼ੀ, ਇਹ ਆਸਥਾ ਹੈਗੀ ਹੈ ਜਾਂ ਫਿਰ ਇਹਨੂੰ ਸਿਆਸੀ ਤੁਲਬ ਦਿੱਤੀ ਜਾ ਰਹੀ ਹੈ। ਜਸ ਪੰਜਾਬੀ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝਦਾ, ਜਸ ਪੰਜਾਬੀ ਹਮੇਸ਼ਾ ਇਸ ਮੰਚ ਦੇ ਉੱਤੇ ਭਾਵੇਂ ਵਿਸ਼ਾ ਉਹ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਏ, ਉਹਦੇ ਉੱਤੇ ਨਿਰਪੱਖ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਹਰ ਕਿਸੇ ਨੂੰ ਰਾਈਟ ਹੈਗਾ ਉਹ ਕਿਸੇ ਵੀ ਰਿਲੀਜਨ ਨੂੰ ਮੰਨ ਸਕਦਾ। ਪਰ ਮਸਲਾ ਇਹ ਬਣਦਾ ਕਿ ਆਸਥਾ ਨੂੰ ਤੁਸੀਂ ਹਥਿਆਰ ਬਣਾ ਕੇ, ਆਸਥਾ ਨੂੰ ਤੁਸੀਂ ਲੋਕਾਂ ਦੇ ਵਿੱਚ ਜ਼ਬਰਦਸਤੀ ਸੁੱਟ ਕੇ ਕੀ ਕਰਵਾਉਣਾ ਚਾਹੁੰਦੇ ਹੋ, ਇੱਕ ਵੱਡਾ ਸਵਾਲ ਬਣਦਾ। ਅੱਜ ਮੈਨੂੰ ਇਹ ਜ਼ਰੂਰ ਕਹਿਣਾ ਪੈਂਦਾ ਕਿ ਭਾਰਤ ਦੇ ਵਿੱਚ ਮੀਡੀਆ ਦੀ ਅਗਰ ਮੈਂ ਗੱਲ ਕਰ ਲਵਾਂ, ਜਿੱਥੇ ਗੱਲ ਗੋਦੀ ਮੀਡੀਆ ਦੀ ਹੁੰਦੀ ਹੈ ਜਾਂ ਫਿਰ ਵੱਖ ਵੱਖ ਹੋਰ ਉਹਨਾਂ ਦੇ ਉੱਤੇ ਜਿਹੜੇ ਤੰਜ ਕੱਸੇ ਜਾਂਦੇ ਹਨ, ਕਿ ਮੀਡੀਆ ਦਾ ਕੰਮ ਅੱਜ ਦੀ ਡੇਟ ਦੇ ਵਿੱਚ ਭਾਰਤ ਦੇ ਵਿੱਚ ਸਿਰਫ ਦੋ ਡਿਬੇਟਾਂ ਦੇ ਵਿੱਚ ਤੱਕ ਹੀ ਸੀਮਿਤ ਰਹਿ ਗਿਆ, ਜਿੱਥੇ ਸਿਰਫ ਹਿੰਦੂ ਮੁਸਲਮਾਨ ਦੀ ਡਿਬੇਟ, ਦੋਵੇਂ ਭਾਈਚਾਰਿਆਂ ਦੇ ਵਿੱਚ ਮਤਭੇਦ, ਦੋਵੇਂ ਭਾਈਚਾਰਿਆਂ ਦੇ ਵਿੱਚ ਗਲਤ ਫਹਿਮੀ, ਇੱਕ ਪਾਸੇ ਹਿੰਦੂ ਇੱਕ ਪਾਸੇ ਮੁਸਲਮਾਨ, ਔਰ ਇੱਕ ਪਾਸੇ ਹਿੰਦੂ ਜਾਂ ਫਿਰ ਇੱਕ ਪਾਸੇ ਘੱਟ ਗਿਣਤੀ, ਇਹ ਹਿੰਦੂ ਵਰਸਿਸ ਘੱਟ ਗਿਣਤੀ ਜਾਂ ਫਿਰ ਹਿੰਦੂ ਵਰਸਿਸ ਮੁਸਲਮਾਨ ਆਖਿਰਕਾਰ ਹੋ ਕੀ ਰਿਹਾ? ਕਿਹੜੀਆਂ ਤਾਕਤਾਂ ਹੱਲਾਸ਼ੇਰੀ ਦੇ ਰਹੀਆਂ ਹਨ ਇਹ ਡਿਬੇਟਸ ਕਰਨ ਦੇ ਲਈ ਕਿ ਇਹਦੇ ਵਿੱਚ RSS ਦਾ ਕਸੂਰ ਹੈ, ਕਿ ਜਾਂ ਫਿਰ ਇਹਦੇ ਵਿੱਚ BJP ਸਰਕਾਰ ਦਾ ਕਸੂਰ ਹੈ, ਜਾਂ ਫਿਰ ਇਹਦੇ ਵਿੱਚ ਉਸ ਵਿਚਾਰਧਾਰਾ ਦਾ ਕਸੂਰ ਹੈ ਜੋ ਸਿਰਫ ਹਿੰਦੂ ਰਾਸ਼ਟਰ ਏਜੰਡੇ ਦੀ ਗੱਲ ਕਰਦਾ। ਰਾਮ ਮੰਦਿਰ ਦੀ ਨੀਂਹ ਰੱਖੀ ਜਾਂਦੀ ਹੈ ਔਰ ਪ੍ਰਧਾਨ ਮੰਤਰੀ ਮੋਦੀ ਖੁਦ ਆਪ ਉੱਥੇ ਪਹੁੰਚਦੇ ਨੇ ਔਰ ਕੀ ਕਹਿੰਦੇ ਨੇ, ਤੁਸੀਂ ਆਪ ਸੁਣੋ ਕਿ ਕੀ ਕੁਝ ਕਿਹਾ ਗਿਆ ਜਦ ਭਾਰਤ ਦੇ ਪ੍ਰਧਾਨ ਮੰਤਰੀ ਪਹੁੰਚੇ ਅਯੋਧਿਆ ਦੀ ਧਰਤੀ 'ਤੇ। ਲੰਬੇ ਸਮੇਂ ਤੋਂ ਚੱਲ ਰਿਹਾ ਇਹ ਕਟੋ ਕਲੇਸ਼ 5 ਅਗਸਤ 2020 ਨੂੰ ਜਾ ਕੇ ਖਤਮ ਹੁੰਦਾ ਔਰ ਨਰਿੰਦਰ ਮੋਦੀ ਕਹਿੰਦੇ ਹਨ, ਆ ਸੁਣੋ। ਰਾਹ ਅਤੇ ਰਾਜਨੀਤੀ, ਇਸ ਦੇ ਉੱਤੇ ਅਸੀਂ
लगातार कल डिबेट भी की, प्रोग्राम करना क्यों बनता अज का, है क्यों ये मुद्दा जोड़ा है इन्ना गरमाया होया। बकायदा जिस धरती के उत्ते असी रहने टाइम स्क्वेयर के उत्ते भी बिल बोर्ड के उत्ते भी बकायदा राम मंदिर की तस्वीर, जय श्री राम के नारे जोड़े ने लाए जाते हैं, वो उत्ते इतराज किनू हैगा और इतराज क्यों हो रहा है और इतराज होना क्यों चाहिए, या फिर राम मंदिर की गल करिए या फिर राम जी की गल करिए, आखिरकार उन्हों का जी एक परसनैलिटी है या फिर उन्हों की जी शख्सियत सी उस तो की सीखने की लोड़ सी, और अज राम या फिर भगवान राम या फिर जिस लैंग्वेज के असं कहने पुरशोत्तम मर्यादा भगवान श्री रामचंद्र किस तरीके पेश किया जा रहा। इत्थे तक नहीं, बकायदा प्रधानमंत्री मोदी वालों भी कहा गया कि भगवान श्री राम जिहड़े सीगे उन्होंने गोबिंद रामायण लिखी, गुरु गोबिंद सिंह जी ने गोबिंद रामायण भी लिखी सीगी। बकायदा उन्होंने कहा कि गुरु नानक देव जी अते होर जिहड़े वख वख शख्सियतां सीगियां वो हिंदू रिलीजन तो ही आंदी है, उन्होंने की कुछ बयान दिते इस दे उत्ते भी एक बार चानना पाने, उस तो बाद मैं होर भी तुहानू जिहड़े प्रतिक्रम ने वो भी सुनावांगा। प्रधानमंत्री मोदी बकायदा पहुँचते ने अयोध्या और अपने बयान देंदे ने, की कुछ उस बयान दे विच वेखण नू मिलदा सुनण नू मिलदा। गुरु गोबिंद सिंह जी बारे वो दसदे हन कि गोबिंद रामायण जिहड़ी है बकायदा लिखी गई सी, इंस्पायर होए सीगे गुरु गोबिंद सिंह जी, और गोबिंद रामायण राम जी नू एक उन्हां दे जिहड़े फलसफे नू अमली जामा पहनाया सीगा गोबिंद रामायण दे विच। भूमि पूजन के इतिहासिक दिन प्रधानमंत्री नरेंद्र मोदी ने उन्होंने सारे युगों के इतिहासिक पन्नों फरोलिया जिस विच भगवान राम का जिक्र किसी न किसी रूप में आता है। प्रधानमंत्री ने अपने संबोधन दौरान कहा कि महर्षि वाल्मीकि जी ने रामायण लिखी सी, पर कई देशों में रामायण वख वख रूपों में लिखी गई है। उन्होंने कहा इतों तक सिखा के दसवें गुरु श्री गुरु गोबिंद सिंह जी ने भी गोबिंद रामायण लिखी सी। आप कश्मीर जाएंगे तो आपको रामावतार चरित मिलेगा, मलयालम में रामचरितम मिलेगी, बांग्ला में कृतिवास रामायण है, तो गुरु गोविंद सिंह जी ने तो खुद गोविंद रामायण लिखी है। प्रधानमंत्री ने अपने संबोधन विच मध्यकाल का जिक्र करते हुए श्री गुरु नानक देव जी नूं भी याद किया। उन्होंने कहा कि श्री गुरु नानक देव जी अते बाबा कबीर ने भी अपने समय विच भगवान दे नां दा जिक्र अपनी कई रचनावां विच वख-वख तरीके नाल कीता। तुलसी कबीर और नानक के जरिए भारत को बल दे रहे थे, वही राम आजादी की लड़ाई के समय बापू के भजनों में अहिंसा और सत्याग्रह के शक्ति बनकर मौजूद थे। तुलसी के राम सगुण राम है तो नानक और कबीर के राम निर्गुण राम है। अयोध्या विच राम मंदिर दा नींव पत्थर रखे जाण ते बाबरी मस्जिद दा मुद्दा एक बार फिर उठा। AIMIM दे प्रधान असदुद्दीन ओवैसी ने ट्वीट करदिया कहा कि बाबरी मस्जिद सी है ते रहेगी, इंशाअल्लाह बाबरी जिंदा है। उधर राहुल गांधी ने ट्वीट ते लिखा कि राम प्रेम है, वह कदे नफरत विच प्रगट नहीं हो सकते, राम करुणा ने वह कदे क्रूरता विच प्रगट नहीं हो सकते, राम न्याय ने वह कदे अन्याय विच प्रगट नहीं हो सकते। जबकि मुख्यमंत्री कैप्टन अमरिंदर सिंह ने राम जन्म भूमि पूजन नूं इतिहासक दस्या। ट्वीट करते हुए मुख्यमंत्री कैप्टन ने लिखा कि भारत के लोगों नूं मेरे वल्लों इस इतिहासिक मौके पर बहुत बहुत मुबारक, ये घड़ी का पूरा भारत इंतजार कर रहा है। भगवान राम दीआं सिक्ख्यावां ना सिर्फ भारत लई बल्कि पूरी दुनिया नूं हमेशा रोशनी देण दा काम करदियां रहियां ने। बेशक इतिहास विच 5 अगस्त नूं राम मंदिर दे नींह पत्थर रखे जाण दे तौर ते तां याद रख्या ही जावेगा, नाल ही इस थां नूं इस लई भी हमेशा याद रख्या जावेगा कि इत्थे 500 सालां तक बाबरी मस्जिद सी। न्यूज़ डेस्क रिपोर्ट जस्ट टीवी। जिहड़े बयान असीं सुने है नवे बयान नहीं, और इन्हां बयानां दे विच कोई अजिही नवीं गल नहीं जो कि सानूं समझनी चाहीदी है या फिर सानूं साडे लई जाणनी जरूरी है। पर जिहड़ा बयान हुण मैं तुहानूं सुणावांगा उस बयान
ਨੂੰ ਸੁਣ ਕੇ ਲਗਾਤਾਰ ਕਈ ਸਾਰੇ ਪ੍ਰਤੀਕਰਮ ਜਿਹੜੇ ਨੇ ਸਾਹਮਣੇ ਆਏ, ਨਾ ਕਿ ਸਿਰਫ ਭਾਰਤ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਨੇ ਵੀ ਇਸ ਗੱਲ ਦੇ ਉੱਤੇ ਇਤਰਾਜ਼ ਜਤਾਇਆ ਔਰ ਇਹ ਕਿਹਾ ਕਿ ਜਿਹੜੀ RSS ਲੰਬੇ ਸਮੇਂ ਤੋਂ ਸਿੱਖ ਕੌਮ ਨੂੰ RSS ਲੰਬੇ ਸਮੇਂ ਤੋਂ ਇਹੀ ਕਹਿੰਦੀ ਆ ਰਹੀ ਹੈ ਕਿ ਜਿਹੜੇ ਸਿੱਖ ਨੇ ਇਹ ਸਾਡੇ ਹੀ ਭਰਾ ਨੇ। ਆਰਟੀਕਲ 25B ਦੀ ਜਦ ਗੱਲ ਹੁੰਦੀ ਹੈ, ਕੌਨਸਟੀਟਿਊਸ਼ਨ ਆਫ ਇੰਡੀਆ ਦੀ ਜਦ ਗੱਲ ਹੁੰਦੀ ਹੈ, ਉਸ ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਲੰਬੇ ਸਮੇਂ ਤੋਂ ਸਿੱਖ ਡਾਇਸਪੋਰਾ ਇਹ ਮੰਗ ਕਰਦਾ ਕਿ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ। ਪਰ ਅਮੈਂਡਮੈਂਟ ਅਸੀਂ ਕਦ ਕਰਾਵਾਂਗੇ, ਕਿਉਂਕਿ ਅੱਜ ਖਤਰਾ ਸਾਨੂੰ RSS ਤੋਂ ਨਹੀਂ, ਅੱਜ ਸਾਨੂੰ ਖਤਰਾ ਅਜਿਹੇ ਬਿਆਨਾਂ ਤੋਂ ਹੈ, ਅਜਿਹੇ ਜਥੇਦਾਰਾਂ ਤੋਂ ਹੈ ਜੋ ਡੰਕੇ ਦੀ ਚੋੜ 'ਤੇ ਹਿੱਕ ਦੇ ਜ਼ੋਰ ਨਾਲ ਆਰਾਮ ਨਾਲ ਇਹ ਬਿਆਨ ਦਿੰਦੇ ਨੇ ਔਰ ਕਹਿੰਦੇ ਨੇ ਭਗਵਾਨ ਸ਼੍ਰੀ ਰਾਮ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਕੌਣ ਸੀਗੇ ਔਰ ਕਿਹੜੀ ਵੰਸ਼ਤ 'ਚ ਸੀਗੇ। ਖਤਰਾ ਸਾਨੂੰ ਇਹਨਾਂ ਤੋਂ ਹੈ, ਖੁਦ ਆਪ ਸੁਣੋ ਤੁਸੀਂ। ਦਿਨ ਤੋਂ ਇਤਨਾ ਸੌਭਾਗਸ਼ਾਲੀ ਹੈ ਜਿਸਕਾ ਵਰਣਨ ਨਹੀਂ ਹੋ ਸਕਦਾ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਕੇ ਜਥੇਦਾਰ ਦੇ ਤੌਰ ਪਰ ਮੋਦੀ ਜੀ ਨੇ ਹਮਕੋ ਸਵੈ ਯਹਾਂ ਆਮੰਤ੍ਰਿਤ ਕੀਆ ਹੈ ਔਰ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਰਿਆਦਾ ਪ੍ਰਸਾਦ ਰਾਮ ਚੰਦਰ ਜੀ ਕੇ ਜੋ ਬੜੇ ਪੁੱਤਰ ਲਵ ਥੇ ਉਨਕੇ ਵੰਸ਼ਜ ਹੈ ਗੁਰੂ ਗੋਬਿੰਦ ਸਿੰਘ ਜੀ ਔਰ ਉਸ ਵੰਸ਼ਜ ਹੈ ਗੁਰੂ ਨਾਨਕ ਦੇਵ ਜੀ ਬੇਦੀ ਥੇ ਔਰ ਸੋਢੀ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਉਹ ਲਵ ਕੇ ਵੰਸ਼ਜ ਹੈ ਤੋ ਹਮਾਰੇ ਤੋਂ ਪੂਰਵਜ ਥੇ ਤੋ ਆਪਣੇ ਪੂਰਵਜ ਮਰਿਆਦਾ ਰਾਮ ਚੰਦਰ ਜੀ ਕੇ ਜੋ ਜਨਮ ਭੂਮੀ ਹੈ ਵਹਾਂ ਕਾ ਜੋ ਭੂਮੀ ਪੂਜਨ ਹੋ ਰਿਹਾ ਹੈ ਔਰ ਵਹਾਂ ਕਾ ਨੀਂਵ ਰੱਖਾ ਜਾ ਰਿਹਾ ਹੈ ਭਵਯ ਮੰਦਿਰ ਜੋ ਕਿ ਪੂਰੀ ਦੁਨੀਆ ਮੈਂ ਹਿੰਦੁਸਤਾਨ ਕੀ ਇੱਕ ਅਲਗ ਸ਼ਾਨ ਹੋਗੀ ਸ਼ੋਭਾ ਹੋਗੀ ਜੈਸੇ ਹਿੰਦੁਸਤਾਨ ਪਹਿਲੇ ਵਿਸ਼ਵ ਗੁਰੂ ਰਹਾ ਔਰ ਮੋਦੀ ਜੀ ਉਸੀ ਔਰ ਲਗੇ ਹੋਏ ਹੈ ਕਿ ਫਿਰ ਹਿੰਦੁਸਤਾਨ ਕੋ ਵਿਸ਼ਵ ਗੁਰੂ ਕੇ ਰੂਪ ਮੈਂ ਉਸਕੋ ਸਥਾਪਿਤ ਕਰਨਾ ਹੈ ਉਸਕੇ ਲੀਏ ਜੋ ਭਗਵਾਨ ਰਾਮ ਚੰਦਰ ਜੀ ਕਾ ਯੇ ਜੋ ਭਵਯ ਮੰਦਿਰ ਬਨੇਗਾ ਯੇ ਪੂਰੀ ਦੁਨੀਆ ਮੈਂ ਇੱਕ ਅਲੋ ਕੋਈ ਹੋ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪਟਨਾ ਸਾਹਿਬ ਦੇ ਔਰ ਬਕਾਇਦਾ ਉਹ ਨੀਂਹ ਪੱਥਰ ਜਦ ਰੱਖਿਆ ਜਾਂਦਾ ਕੱਲ੍ਹ ਉੱਥੇ ਪਹੁੰਚਦੇ ਹਨ ਔਰ ਇਹ ਬਿਆਨ ਜਿਹੜਾ ਹੈਗਾ ਮੀਡੀਆ ਦੇ ਸਾਹਮਣੇ ਰੱਖਦੇ ਹਨ। ਸਵਾਲ ਵੱਡੇ ਇੱਥੇ ਇਹ ਬਣਦੇ ਹਨ ਕਿ ਆਸਥਾ ਨੂੰ ਲੈ ਕੇ ਇਹ ਕਿਹੜੀ ਸਿਆਸਤ, ਰਾਮ ਮੰਦਿਰ ਨੂੰ ਲੈ ਕੇ BJP ਸਰਕਾਰ ਦਾ ਕੀ ਹੈ ਨਵਾਂ ਏਜੰਡਾ, RSS ਦੀ ਕਿਹੜੀ ਨਵੀਂ ਚਾਲ ਔਰ ਕਿਸ ਪਾਸੇ ਤੁਰ ਰਿਹਾ ਭਾਰਤ ਕਿ ਵਾਕਈ ਕਾਰਗਰ ਸਾਬਿਤ ਹੋ ਰਿਹਾ ਹਿੰਦੂ ਰਾਸ਼ਟਰ ਏਜੰਡਾ ਕਿ ਅੱਜ ਭਾਰਤ ਦੇ ਵਿੱਚ ਘੱਟ ਗਿਣਤੀ ਦਾ ਕੋਈ ਵੀ ਟਿਕਾਣਾ ਨਹੀਂ ਜਾਂ ਫਿਰ ਘੱਟ ਗਿਣਤੀ ਦੀ ਕੋਈ ਵੀ ਗੱਲ ਨਹੀਂ। ਜੇ ਅਯੋਧਿਆ ਦੇ ਉੱਤੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਸਾਫ਼ ਕਹਿੰਦੇ ਹਨ ਤਾਂ ਫਿਰ ਕਿੱਥੇ ਰਹਿਣਗੀ ਘੱਟ ਗਿਣਤੀਆਂ, ਕਿੱਥੇ ਹੈਗੀ ਹੈ ਘੱਟ ਗਿਣਤੀ, ਕੀ ਮਹਿਫੂਜ਼ ਹੈ ਘੱਟ ਗਿਣਤੀ, ਇਹੀ ਅੱਜ ਦਾ ਮੁੱਦਾ। ਮਿਲਦਿਆਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਇੱਥੇ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਹੋ ਰਹੀ ਹੈ ਔਰ ਇਸ ਨੀਂਹ ਪੱਥਰ ਤੋਂ ਬਾਅਦ ਕਿਹੜੀ ਸਿਆਸਤ ਹੋ ਰਹੀ ਹੈ ਔਰ ਕਿਹੜੀ ਸਿਆਸਤ ਆਲਰੇਡੀ ਭਾਰਤ ਤੋਂ ਸਾਨੂੰ ਸੁਣਨ ਨੂੰ ਮਿਲਦੀ ਹੈ, ਇਸ ਦੇ ਉੱਤੇ ਲਗਾਤਾਰ ਸਾਡਾ ਇਹ ਪ੍ਰੋਗਰਾਮ ਜਾਰੀ ਹੈ। ਮੇਰੇ ਨਾਲ ਇਸ ਟਾਈਮ ਗੈਸਟ ਮੌਜੂਦ ਨੇ, ਮੈਂ ਤੁਹਾਨੂੰ ਤਾਰੁਫ ਕਰਾ ਦੇਵਾਂ ਮੇਰੇ ਪੈਨਲਿਸਟ ਦੇ ਨਾਲ। ਮੇਰੇ ਨਾਲ ਜੁਨੇਦ ਕਾਜ਼ੀ ਮੌਜੂਦ ਨੇ ਜੋ ਕਿ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਓਵਰਸੀਜ਼ ਕਾਂਗਰਸ ਦੇ ਔਰ ਜਦ ਗੱਲ ਮੁਸਲਿਮ ਇੰਟਲੈਕਚੁਅਲ ਫੋਰਮ ਦੀ ਆਉਂਦੀ ਹੈ ਤਾਂ ਉੱਥੇ ਵੀ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਮੇਰੇ ਨਾਲ ਦੀਪਕ ਬੰਸਲ ਮੌਜੂਦ ਨੇ ਜੋ ਕਿ ਇੰਡੋ ਹਿੰਦੂ ਅਮੈਰੀਕਨ ਫੋਰ ਚੇਂਜ ਦੇ ਜਿਹੜੇ ਬਕਾਇਦਾ ਪ੍ਰੈਜੀਡੈਂਟ ਨੇ ਉਹ ਵੀ ਮੇਰੇ ਨਾਲ ਮੌਜੂਦ ਨੇ। ਸੋ ਮੈਂ ਦੋਵਾਂ ਦਾ ਸਵਾਗਤ ਕਰਦਾ। ਸਭ ਤੋਂ ਪਹਿਲਾਂ ਸਵਾਲ ਮੈਂ ਜੁਨੇਦ ਕਾਜ਼ੀ ਜੀ ਹੋਰਾਂ ਤੋਂ ਲੈਣਾ ਚਾਹਾਂਗਾ। ਜੁਨੇਦ ਜੀ, ਕਿਸ ਤਰੀਕੇ ਨਾਲ ਵੇਖਦੇ ਹੋ ਇਸ ਨੀਂਹ ਪੱਥਰ ਨੂੰ ਔਰ ਕੀ ਕੁਝ ਪ੍ਰਤੀਕਰਮ, ਫਸਟ ਰਿਐਕਸ਼ਨ, ਤੁਹਾਡੇ ਓਪਨਿੰਗ ਕਮੈਂਟਸ ਕੀ ਹੋਣਗੇ? ਸਵਾਗਤ ਕਰਦਾ ਹਾਂ ਆਪਕਾ ਔਰ ਆਪਕੇ ਵਿਊਅਰਸ ਕਾ। ਬੜਾ ਅੱਛਾ ਪ੍ਰੋਗਰਾਮ ਹੈ ਔਰ ਬੜਾ ਅੱਛਾ ਟਾਪਿਕ ਹੈ। ਤੋ ਇਸਕੇ ਅੰਦਰ ਮੈਂ ਜੋ ਦੇਖਤਾ ਹੂੰ ਆਪਣੀ ਤਰਫ ਸੇ, ਕਿਉਂਕਿ ਹਰ ਆਦਮੀ ਕੇ ਆਪਣੇ ਆਪਣੇ ਡਿਫਰੈਂਟ ਡਿਫਰੈਂਟ ਵਿਊਜ਼ ਹੈ ਔਰ ਮੁਝੇ ਖੁਸ਼ੀ ਇਸ ਬਾਤ ਕੇ ਲੀਏ ਕਿ ਭਾਰਤ ਕੇ ਆਜ ਮੈਜਾਰਿਟੀ ਵਿਚ ਇਜ਼ ਦ ਬਹੁਸੰਖਿਅਕ ਭਾਈ ਹਮਾਰੇ ਹਿੰਦੂ ਭਾਈ ਵੋ ਖੁਸ਼ ਹੈ ਔਰ ਉਨਕੀ ਖੁਸ਼ੀ ਮੈਂ ਹਮਕੋ ਖੁਸ਼ ਹੋਣਾ ਹਮਾਰਾ ਧਰਮ ਹੈ ਔਰ ਹਮ ਯੇ ਹਿੰਦੁਸਤਾਨ ਕੀ ਮਜ਼ਬੂਤੀ ਹੈ
कि एक भाई की खुशी में दूसरा भाई इन्वॉल्व हो, लेकिन इसमें दूसरा सिक्के का पहलू जो है वो भी देखना पड़ेगा। जहां तक की बात मर्यादा पुरुषोत्तम राम जी की होती है, उनको भारतीय जनता पार्टी ने, आरएसएस ने इतना यूज किया है अपनी अपनी सरकार को चलाने के लिए और अपने को राजनीति में रखने के लिए जी। इतना कभी किसी भगवान का इतना इस्तेमाल नहीं हुआ जितना मर्यादा पुरुषोत्तम का हुआ। हम मुसलमान जो हिंदुस्तान में रहते हैं, हमको पूरी रामायण याद है, हमें पूरा रामायण का विवरण याद है, हमें रामचंद्र जी की 100% जो उन्होंने जो उनकी लाइफ थी, जो दुनिया को दिखाना चाहते थे, कैसे पैदा हुए, कहां वनवास में गए, कैसे सीता जी के साथ रहे जंगलों में, कैसे शबरी की बेल खाए, किस तरह लंका का दहन किया, किस तरह हनुमान जी उनके साथ थे, तो ये सारी चीजें हमने पढ़ी हैं, देखी हैं और सीखी हैं मर्यादा पुरुषोत्तम राम जी से। लेकिन ये जो राम जो हमने पढ़ा था, जो हमने सीखा था, वो राम दूसरा था और ये राम दूसरा। ये ब्रांड एम्बेसडर रामचंद्र जी हैं, जिसको भारतीय जनता पार्टी और मोदी जी कैश करवाते चले जा रहे हैं, करवाते चले जा रहे हैं। और एंड ऑफ द डे अब सरकार मुड़ तो आ गई भारत दे विच, तुहानू इस गल दी इनसिक्योरिटी हैगी आ? नहीं, ये बात नहीं है। देखिए, हम अमेरिका में रह रहे हैं जी, और आजकल भारत का हिंदुस्तानी जो गांव में भी रह रहा है ना, उसका भी दिमाग खुल गया है। इट्स बिगर विजन हो गया। पहले विजन छोटा था हम भारतीयों का, अब हमारा विजन बड़ा हो गया। लेकिन जितना इस्तेमाल राजनीति के लिए धर्म का किया है 2014 से लेके आज तक, इतना किसी वर्ल्ड की, अच्छा हमारे पास ऑप्शन नहीं थे, हम खिलते चले गए, हम राजनीति में चलते चले गए और हम रोक नहीं पाए। धर्म की राजनीति कांग्रेस ने भी करी, धर्म की राजनीति भारतीय जनता पार्टी भी कर रही है, लेकिन जनता का फायदा कहीं से कहीं कुछ नहीं हो रहा। ठीक है। और ये इसमें हकीकत ये है कि आप कितने ही धर्म के, देखिए आप अटलांटा चले जाइए, अमेरिका में कुछ ऐसी स्टेटें हैं जहां पे हर मोहल्ले में 4 चर्चेस हैं। आज वो चर्चेस सेल के ऊपर है, कोई खरीदने वाला नहीं है उन चर्चेस को। शेरिफ ऑक्शन के अंदर वो ऑक्शन में लगे हुए चर्चेस जो कि किसी जमाने में भरे हुए होते थे। बिल्डिंग से, स्ट्रक्चर से धर्म नहीं होता, बिल्डिंग को बनाने से और किसी चीज को। और आपको दूसरी चीज मैं आपको ये भी बता दूं कि हिंदू आपको इतिहास गवाह था, ये बोला जाता है बाबर ने तलवार की जोर पे बाबरी मस्जिद बनाई। आज भारतीय जनता पार्टी ने किसके जोर पे ये आज बनाई, अयोध्या कैसे वापस आया। ठीक है, दीपक जी दे भी ओपनिंग कमेंट ले लेने हैं, उन्होंने भी सुन लेने हैं। जुनेद जी मैं आऊंगा थोड़े को जी, जुनेद जी मैं आऊंगा, चीफ जस्टिस जो था, ऑफ कोर्स आई विल कम बैक टू यू जुनेद जी, आई विल कम बैक टू यू। लेट्स हैव दीपक बंसल जी इज ओपनिंग कमेंट, ही इज रिप्रेजेंटिंग इंडो हिंदू अमेरिकन्स फॉर चेंज जी जी, इतिहास ये भी जाना जाएगा जी जी। दीपक जी वुड लव टू हैव योर ओपनिंग कमेंट, तुसी दसो मैनू जिहड़ी गल जुनेद काजी जी ने कही, क्या कि तुसी भगवान श्री राम नू या फिर मर्यादा पुरशोत्तम श्री, मैं माफ़ी चाहवागा, राम श्री राम नू तुसी एक तरीके नाल उन्हां नू कैश किया, तुसी राजनीति कर रहे हो, बीजेपी सरकार जिहड़ी है प्रधानमंत्री मोदी जिहड़े ने वो राजनीति कर रहे ने इहदे उत्ते। सर जी पहलो तो मेरी तुहानू सारयां नू अपनी सति श्री अकाल, नमस्ते, आदाब, और आई एम वेरी थैंकफुल टू यू भी तुसी मैनू अपने चैनल ते लिया। लेकिन उहदे विच ओपनिंग कमेंट्स दे विच मैं तुहानू ये कह रहा, कांग्रेस अज इस चीज़ का ब्लेम कर रही है भी मोदी जी ने इस चीज़ नू कैश किया। कांग्रेस ने इस मुल्क दे विच 70 साल राज किया ते उन्हां कोले तां हमेशा ही ये चांस सीगा, उन्हां नू बीजेपी नू ये चांस देने की जरूरत ही नहीं सीगी, वह कैश कर लेंदे, वह इस चीज़ का मसला हल कर देंदे, उन्हां ने क्यों नहीं किया? क्योंकि कांग्रेस ने कभी इस मुद्दे नू चाहिया ही नहीं भी यह मुद्दा जिहड़ा हैगा वा ये सॉल्व होवे।
370 ਦੀ ਧਾਰਾ ਜਿਹੜੀ ਆ ਕਾਂਗਰਸ ਨੇ ਇਹਦੀ ਦੇਣ ਆ ਨਹਿਰੂ ਜੀ ਦੀ ਉਹ ਅੱਜ ਤੱਕ ਮੁਲਕ ਨੇ ਭੇਜ ਇਸ ਚੀਜ਼ ਨੂੰ ਭੁਗਤਿਆ 70 ਸਾਲ ਉਹਦਾ ਕੀ ਕੀਤਾ ਕਾਂਗਰਸ ਨੇ ਜੀ ਕਾਂਗਰਸ ਨੇ ਅੱਜ ਤੱਕ 70 ਸਾਲਾਂ 'ਚ ਮੁਲਕ ਦਾ ਕੀਤਾ ਕੀ ਆ ਚਲੋ ਆਪਾਂ ਇਸ ਗੱਲ ਨੂੰ ਵੀ ਇੱਕ ਵਾਰੀ ਸਮਝ ਲਈਏ ਹੁਣ ਗੱਲ ਇਹ ਵੀ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਹਨ ਸਿਆਸੀ ਪੰਡਿਤ ਸਿਆਸੀ ਮਾਹਿਰ ਦੀਪਕ ਜੀ ਇਹ ਵੀ ਕਹਿ ਰਹੇ ਨੇ ਹੁਣ ਜਿਹੜਾ ਭਾਰਤ ਦੇ ਵਿੱਚ ਜੈ ਸ਼੍ਰੀ ਰਾਮ ਨਹੀਂ ਬੋਲੇਗਾ ਉਹਨੂੰ ਸਿਟੀਜ਼ਨ ਦਾ ਯਾਨੀ ਨੈਸ਼ਨੈਲਿਟੀ ਦਾ ਜਿਹੜਾ ਉਹ ਸਰਟੀਫਿਕੇਟ ਨਹੀਂ ਮਿਲੇਗਾ ਸੋ ਇੰਡੀਆ ਦੇ ਵਿੱਚ ਰਹਿਣ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜੁਨੇਦ ਕਾਜ਼ੀ ਜੀ ਹੋਰਾਂ ਨੇ ਵੀ ਕਿਹਾ ਕਿ ਜੈ ਸ਼੍ਰੀ ਰਾਮ ਬੋਲਣਾ ਪਵੇਗਾ ਤਾਂ ਤੁਹਾਨੂੰ ਸਰਟੀਫਿਕੇਟ ਮਿਲੇਗਾ ਤੁਸੀਂ ਅਸਲੀ ਹਿੰਦੁਸਤਾਨੀ ਹੋ ਇਹ ਚੀਜ਼ ਕੋਈ ਵੀ ਇੰਡੀਅਨ ਨਹੀਂ ਕਹੂਗਾ ਦੇਖੋ ਸਾਡਾ ਜਿਹੜਾ ਮੁਲਕ ਹੈ ਉਹ ਧਰਮ ਨਿਰਪੇਖ ਹੈ ਅਸੀਂ ਐਜ਼ ਏ ਜਾਨੀ ਕਿ ਕਦੀ ਬੀਜੇਪੀ ਦਾ ਰੂਲਿੰਗ ਪਾਰਟੀ ਉਹ ਕੋਈ ਬੜੀ ਸਟੂਪਿਡ ਪਾਰਟੀ ਹੋਊਗੀ ਜੋ ਇਸ ਤਰ੍ਹਾਂ ਦਾ ਕੋਈ ਬਿਆਨ ਦੇਊਗੀ ਜਿਹਦੇ ਵਿੱਚ ਉਹ ਮਨਿਓਰਟੀਜ਼ ਨੂੰ ਉਹ ਸਕੇਅਰ ਕਰਨਗੇ ਔਰ ਦੇ ਡੋਨਟ ਵਾਂਟ ਟੂ ਲੂਜ਼ ਦੇਅਰ ਵੋਟ ਬੈਂਕ ਔਰ ਤੁਸੀਂ ਜੇ ਮਨਿਓਰਟੀਜ਼ ਨੂੰ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਜਿਹਦੇ ਵਿੱਚ ਮਨਿਓਰਟੀਜ਼ ਇਹ ਸਮਝਣ ਵੀ ਅਸੀਂ ਇਹਨਾਂ ਦੇ ਰਾਜ 'ਚ ਸਿਕਿਓਰ ਨਹੀਂ ਹੈਗੇ ਤੇ ਉਸ ਪਾਰਟੀ ਦਾ ਖਾਤਮਾ ਆਪਣੇ ਆਪ ਹੀ ਹੋ ਜਾਊਗਾ ਉਸ ਪਾਰਟੀ ਦਾ ਖਾਤਮਾ ਕਿਸੇ ਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਮਝੇ ਨਾ ਜੀ ਔਰ ਆਈ ਡੋਂਟ ਥਿੰਕ ਸੋ ਵੀ ਬੀਜੇਪੀ ਇਸ ਤਰ੍ਹਾਂ ਦੀ ਮਿਸਟੇਕ ਕਰੂਗੀ ਬੀਜੇਪੀ ਦੇ ਵਿੱਚ ਮੋਦੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਸਬਕਾ ਸਾਥ ਸਬਕਾ ਵਿਕਾਸ ਅਸੀਂ ਹਰੇਕ ਪੱਖ ਨੂੰ ਜਾਂ ਹਰੇਕ ਬੰਦਿਆਂ ਨੂੰ ਨਾਲ ਲੈ ਕੇ ਚੱਲੇ ਉਹ ਆਪਦੀ ਇਸ ਸਟੇਟਮੈਂਟ ਤੋਂ ਜੇ ਪ੍ਰਾਈਮ ਮਿਨਿਸਟਰ ਮੁਨਕਰ ਹੁੰਦਾ ਜਾਂ ਆਪਣੀ ਉਹ ਸਟੇਟਮੈਂਟ ਤੋਂ ਉਹ ਪਿੱਛੇ ਹਟਦੇ ਆ ਤਾਂ ਦਿਸ ਇਜ਼ ਏ ਰੋਂਗ ਮੈਸੇਜ ਫੋਰ ਦੀ ਪਾਰਟੀ ਪਾਰਟੀ ਅਗਲੀ ਵਾਰੀ ਫਿਰ ਉਹ ਸੱਤਾ 'ਚ ਨਹੀਂ ਆਏਗੀ ਲੋਕੀ ਉਹਨਾਂ ਨੂੰ ਨਕਾਰ ਦੇਣਗੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਅੱਛਾ ਮੈਸੇਜ ਦੇਣਾ ਚਾਹੀਦਾ ਹੈ ਜੁਆਇੰਟਲੀ ਮੁਲਕ ਨੂੰ ਜੁਆਇੰਟ ਕਰਨਾ ਸਾਰੀਆਂ ਸਾਰੀਆਂ ਬਰਾਦਰੀਆਂ ਨੂੰ ਅਸੀਂ ਨਾਲ ਲੈ ਕੇ ਤੇ ਦੀਪਕ ਜੀ ਤੁਹਾਨੂੰ ਲੱਗਦਾ ਹੈ ਕਿ ਕੱਲ੍ਹ ਦੇ ਇਸ ਨੀਂਹ ਪੱਥਰ ਤੋਂ ਬਾਅਦ ਹਿੰਦੁਸਤਾਨ ਜਿਹੜਾ ਹੈਗਾ ਜਾਂ ਫਿਰ ਭਾਰਤ ਦੇ ਵਿੱਚ ਜਿਹੜੀ ਤੁਸੀਂ ਟੁਗੈਦਰਨੈਸ ਦੀ ਗੱਲ ਕਰ ਰਹੇ ਹੋ ਸਬਕਾ ਸਾਥ ਸਬਕਾ ਵਿਕਾਸ ਜਿਹੜੀ ਗੱਲ ਹੈ ਉਸਦੇ ਤਹਿਤ ਕੰਮ ਕੀਤਾ ਗਿਆ ਹਾਂਜੀ ਉਹਦੇ ਤਹਿਤ ਕੰਮ ਕੀਤਾ ਗਿਆ ਲੇਕਿਨ 100 ਕਰੋੜ ਦੀ ਹਿੰਦੂ ਆਬਾਦੀ ਹੋਣ ਦੇ ਬਾਵਜੂਦ ਉਹਨਾਂ ਬੰਦਿਆਂ ਨੂੰ 500 ਸਾਲ ਲੱਗਿਆ ਇੱਕ ਆਪਦੇ ਧਰਮ ਦੇ ਆਪਦੇ ਮੰਦਰ ਨੂੰ ਵਾਪਸ ਲੈਣ ਲਈ ਇਸ ਤੋਂ ਵੱਡੀ ਹੋਰ ਧਰਮ ਨਿਰਪੇਖ ਦੀ ਕੀ ਗੱਲ ਹੈ ਅਗਰ ਹਿੰਦੂ ਚਾਹੁੰਦੇ ਜੇ ਮਨਿਓਰਟੀਜ਼ ਨੂੰ ਕਰਨਾ ਚਾਹੁੰਦੇ ਉਹ ਕਬਜ਼ਾ ਕਰਨਾ ਚਾਹੁੰਦੇ ਉਹਨੂੰ ਮਸਜਿਦ ਨੂੰ ਤੋੜ ਕੇ ਰਾਈਟ ਵੇ ਧਰਮ ਉੱਥੇ ਆਪਦੀ ਮੰਦਰ ਬਣਾਉਣਾ ਚਾਹੁੰਦੇ ਤੇ ਅੱਜ ਇਹ ਕੋਰਟ ਦਾ ਰਾਸਤਾ ਜਾਂ ਉਸ ਚੀਜ਼ ਦਾ ਰਾਸਤਾ ਤਿਆਰ ਰੱਖੀ ਉਹਨਾਂ ਨੇ ਇਹ ਸਾਡਾ ਹਿੰਦੁਸਤਾਨ ਧਰਮ ਨਿਰਪੇਖ ਸੀਗਾ ਇਸ ਕਰਕੇ ਉਸ ਚੀਜ਼ ਨੂੰ ਜਾਨੀ ਕਿ ਜਿਹੜਾ ਹੈ ਅੱਜ ਜੇ ਕੋਰਟ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਤਾਂ ਉੱਥੇ ਮੰਦਰ ਬਣ ਰਿਹਾ ਜ਼ੋਰ ਜ਼ਬਰਦਸਤੀ ਮੰਦਰ ਨਹੀਂ ਬਣ ਮੈਂ ਜੁਨੇਦ ਜੀ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਡਿਵਾਈਸ ਨੂੰ ਜਿਹੜਾ ਹੈਗਾ ਸੈੱਟ ਕਰਨ ਉਹਨਾਂ ਨੂੰ ਅਸੀਂ ਨਹੀਂ ਵੇਖ ਪਾ ਰਹੇ ਬਿਕੋਜ਼ ਤੁਸੀਂ ਔਨ ਏਅਰ ਹੋ ਜੁਨੇਦ ਜੀ ਤਾਂ ਆਈ ਵਿਲ ਰਿਕੁਐਸਟ ਯੂ ਕਿ ਤੁਸੀਂ ਆਪਣੇ ਡਿਵਾਈਸ ਨੂੰ ਪ੍ਰੋਪਰ ਢੰਗ ਦੇ ਨਾਲ ਸੈੱਟ ਕਰੋ ਅਤੇ ਨਾਲ ਹੀ ਮੈਂ ਇੱਥੇ ਇੱਕ ਬ੍ਰੇਕ ਲਈ ਰੁਕਾਂਗਾ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਲਗਾਤਾਰ ਗੱਲ ਕਰਾਂਗੇ ਇਸ ਨੀਂਹ ਪੱਥਰ ਦੀ ਔਰ ਇਸ ਨੀਂਹ ਪੱਥਰ ਤੋਂ ਸਾਨੂੰ ਕੀ ਕੁਝ ਅੱਗੇ ਵੇਖਣ ਨੂੰ ਮਿਲੇਗਾ ਇਹੀ ਹੈ ਅੱਜ ਦਾ ਮੁੱਦਾ ਔਰ ਸਭ ਤੋਂ ਅਹਿਮ ਗੱਲ ਜਿਹੜੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਹੀ ਗੋਬਿੰਦ ਰਮਾਇਣ ਸਾਨੂੰ ਕੀ ਕੁਝ ਦੱਸਦੀ ਹੈਗੀ ਜਾਂ ਫਿਰ ਵਾਕਈ ਗੋਬਿੰਦ ਰਮਾਇਣ ਜਿਹੜੀ ਹੈਗੀ ਹੈ ਉਹਦਾ ਕੋਈ ਵਜੂਦ ਹੈਗਾ ਉਹ ਹੋਣ ਦੇ ਵਿੱਚ ਹੈਗੀ ਹੈ ਅਗਰ ਹੈਗੀ ਹੈ ਤਾਂ ਉਹਦੀ ਕੀ ਇਤਿਹਾਸ ਹੈਗਾ ਜੇ ਨਹੀਂ ਹੈ ਜਾਂ ਫਿਰ ਇਹਨੂੰ ਅਗਰ ਬਣਾਇਆ ਜਾ ਰਿਹਾ ਤਾਂ ਫਿਰ ਉਹਦਾ ਕੀ ਇਤਿਹਾਸ ਹੈਗਾ ਕੌਣ ਇਹਨੂੰ ਬਣਾ ਰਿਹਾ ਸਾਰੇ ਸਵਾਲ ਬਣਦੇ ਹਨ ਇਸ ਦੇ ਉੱਤੇ ਵੀ ਕਰਾਂਗੇ ਚਰਚਾ ਫਿਲਹਾਲ ਰੁਕਦੇ ਹਾਂ ਇੱਕ ਨਿੱਕੇ ਜਿਹੇ ਵਕਫੇ ਲਈ ਬਿਗ ਤੋਂ ਬਾਅਦ ਸਵਾਗਤ ਹੈ ਮੇਰੇ ਨਾਲ ਤਮਾਮ ਪੈਨਲਿਸਟ ਹੋਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਮੁਕੇਸ਼ ਮੋਦੀ ਜੀ ਮੇਰੇ ਨਾਲ ਜੁੜ ਚੁੱਕੇ ਨੇ ਜੋ ਕਿ ਇੰਡੀਆ ਡੇ ਪਰੇਡ ਲੌਂਗ ਆਈਲੈਂਡ ਦੇ ਬਕਾਇਦਾ ਪ੍ਰੈਜ਼ੀਡੈਂਟ ਨੇ ਇਸ ਵਾਰ ਦੇ ਔਰ ਜਦ ਗੱਲ ਬੀਜੇਪੀ ਸਰਕਾਰ ਦੀ ਆਉਂਦੀ ਹੈ ਔਰ ਜਦ ਗੱਲ ਮੋਦੀ ਸਰਕਾਰ ਦੀ ਆਉਂਦੀ ਹੈ ਤਾਂ ਕਈ ਸਾਰੇ ਪ੍ਰਤੀਕਰਮ ਅਸੀਂ ਹਮੇਸ਼ਾ ਮੁਕੇਸ਼ ਮੋਦੀ ਜੀ ਤੋਂ ਵੀ ਸੁਣਦੇ ਹਾਂ ਅਤੇ ਨਾਲ ਹੀ ਮੇਰੇ ਨਾਲ ਹਿਸਟੋਰੀਅਨ ਸੋਹਨ ਸਿੰਘ ਖਾਲਸਾ ਜੀ ਵੀ ਮੌਜੂਦ ਨੇ ਜੋ ਕਿ ਸਾਨੂੰ ਦੱਸਣਗੇ ਗੋਬਿੰਦ ਰਮਾਇਣ ਦੀ ਜਿਹੜੀ ਗੱਲ ਕਹੀ ਗਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹ ਆਖਿਰਕਾਰ ਕੀ ਨੇ ਸਭ ਤੋਂ ਪਹਿਲਾਂ ਮੈਂ ਸੋਹਨ ਸਿੰਘ ਖਾਲਸਾ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਗੋਬਿੰਦ ਰਮਾਇਣ ਦਾ ਕੀ ਇਤਿਹਾਸ ਹੈ ਇਹ ਹੋਣ ਦੇ ਵਿੱਚ ਹੈਗੀ ਹੈ ਕਿ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿੰਨੇ ਵੀ ਸ਼ਰੋਤੇ ਅੱਜ ਜਸ ਪੰਜਾਬੀ ਨੂੰ ਸੁਣ ਰਹੇ ਨੇ ਇਹ ਮੁੱਦਾ ਬੜਾ ਗੰਭੀਰ ਹੈ ਜੀ ਜੀ
गोविंद रामायण नाम की कोई भी ग्रंथ की रचना गुरु गोबिंद सिंह साहब सच्चे पातशाह जी महाराज जी ने नहीं की थी। जी दसम ग्रंथ के अंदर एक चैप्टर है जिहदा नाम है राम अवतार। इहदा एक बीबी है जिहड़ी भाषा विभाग काम करदी सी उहदा नाम बलजीत कौर तुलसी। बलजीत कौर तुलसी ने जो इस काम किया तो उन्हें अंग्रेजी में लिख दिता रामायणा बाई गुरु गोबिंद सिंह जी और थले उन्हें जो पंजाबी च हैडिंग पाया उन्हें राम अवतार। ਇਹ ਕਿਸੇ ਵੀ ਹਿੰਦੂ ਗ੍ਰੰਥ ਦਾ ਸੰਸਕ੍ਰਿਤ ਤੋਂ ਅਲੱਥਾ ਤੇ ਹੋ ਸਕਦਾ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਤੇ ਵੀ ਗੋਬਿੰਦ ਰਮਾਇਣ ਨਹੀਂ ਲਿਖੀ ਬਲਕਿ ਸਤਿਗੁਰੂ ਜੀ ਦਾ ਜਿਹੜਾ ਦੋਹਾ ਸਵਈਆ ਸਾਨੂੰ ਹਮੇਸ਼ਾ ਪੜ੍ਹ ਲੈਣਾ ਚਾਹੀਦਾ ਪਾਏ ਗਏ ਜਪ ਤੇ ਤੁਮਰੇ ਤਪ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਿਖਾਨਿਓ ਕਿਉਂਕਿ ਸਿੱਖ ਧਰਮ ਦੇ ਅੰਦਰ ਸਰਗੁਣ ਪਰਮਾਤਮਾ ਦੀ ਪੂਜਾ ਕੀਤੀ ਜਾਂਦੀ ਹੈ ਨਾ ਕਿ ਕਿਸੇ ਨਿਰਗੁਣ ਕਿਸੇ ਵਿਅਕਤੀ ਨੂੰ ਰੱਬ ਜਾਂ ਖੁਦਾ ਅੱਲਾ ਵਾਹਿਗੁਰੂ ਮੰਨ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਜੀ। ਇਸ ਕਰਕੇ ਗੋਬਿੰਦ ਰਮੈਣ ਨਾਂ ਦਾ ਕੋਈ ਵੀ ਗ੍ਰੰਥ ਵਜੂਦ ਦੇ ਵਿੱਚ ਨਹੀਂ ਹੈ ਜਿਹੜਾ ਕਲਗੀਧਰ ਪਾਤਸ਼ਾਹ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਚਨਾ ਕੀਤੀ ਹੋਵੇ। ਜੀ ਬਿਲਕੁਲ ਮੈਂ ਮੁਕੇਸ਼ ਮੋਦੀ ਜੀ ਦੇ ਕੋਲ ਆਉਣਾ ਚਾਹਾਂਗਾ। ਸੋਹਨ ਸਿੰਘ ਖਾਲਸਾ ਜੀ ਮੈਂ ਤੁਹਾਡੇ ਕੋਲ ਵੀ ਆਵਾਂਗਾ, ਕਈ ਸਾਰੀਆਂ ਅਹਿਮ ਜਾਣਕਾਰੀਆਂ ਤੁਸੀਂ ਦੇ ਰਹੇ ਹੋ। ਮੁਕੇਸ਼ ਮੋਦੀ ਜੀ ਕੀ ਕਹਿਣਾ ਚਾਹੋਗੇ ਕੱਲ ਦੇ ਇਸ ਨੀਂਹ ਪੱਥਰ ਬਾਰੇ, ਕਿਆ ਕਹਿਣਾ ਚਾਹੇਂਗੇ ਆਪ ਔਰ ਜਿਸ ਤਰੀਕੇ ਕਾ ਫੈਸਲਾ ਪ੍ਰਧਾਨ ਮੰਤਰੀ ਮੋਦੀ ਕੀ ਤਰਫ ਸੇ ਲਿਆ ਗਿਆ। ਕਾਂਗਰਸ ਕੇ ਪ੍ਰਵਕਤਾ ਵੀ ਮੇਰੇ ਸਾਥ ਮੌਜੂਦ ਥੇ, ਉਹਨਾਂ ਨੇ ਬਕਾਇਦਾ ਬੋਲਾ ਕਿ ਇਹ ਰਾਮ ਜੀ ਕੋ ਜੋ ਹੈ ਕੈਸ਼ ਕੀਆ ਜਾ ਰਹਾ ਹੈ ਬੀਜੇਪੀ ਸਰਕਾਰ ਕੀ ਤਰਫ ਸੇ ਔਰ ਉਨਕੋ ਫਰੰਟ ਫੇਸ ਪੇ ਰੱਖੇ ਰਾਜਨੀਤੀ ਕੀ ਜਾ ਰਹੀ ਹੈ, ਆਪ ਕਿਆ ਕਹਿਣਾ ਚਾਹੇਂਗੇ ਇਸ ਪੇ? ਦੇਖੋ ਇਹ ਜੋ ਬਾਤ ਹੈ ਜੋ ਰਾਜ ਰਾਮ ਮੰਦਿਰ ਕੇ ਨਾਮ ਸੇ ਜੋ ਰਾਜਨੀਤੀ ਹੋ ਰਹੀ ਹੈ ਜੀ, ਤੋ ਇਹ ਤੋ ਬਹੁਤ ਪੁਰਾਣੀ ਬਾਤ ਹੈ। ਮਤਲਬ ਹਰ ਸਾਲ ਐਸੇ ਹੋਤਾ ਹੈ, ਉਹ ਹਮੇਸ਼ਾ ਬੋਲ ਰਹੇ ਕਿ ਹਮ ਰਾਮ ਮੰਦਿਰ ਬਣਾਏਂਗੇ। ਜਬ ਲਾਲ ਕ੍ਰਿਸ਼ਨ ਅਡਵਾਨੀ ਥੇ, ਜਬ ਸੇ ਉਹਨਾਂ ਨੇ ਰਥ ਯਾਤਰਾ ਨਿਕਾਲੀ ਥੀ, ਜਬ ਸੇ ਲੋਕ ਉਸਕੇ ਬਾਰੇ ਮੇਂ ਬੋਲ ਰਹੇ ਕਿ ਭਾਈ ਇਹ ਰਾਜਨੀਤੀ ਮੁੱਦਾ ਹੈ, ਰਾਜਨੀਤੀ ਮੁੱਦਾ ਹੈ, ਇਹ ਕਭੀ ਮੰਦਿਰ ਨਾ ਤੋ ਬਣਨੇ ਵਾਲਾ ਹੈ ਨਾ ਕੁਛ ਹੋਣੇ ਵਾਲਾ ਹੈ। ਲੇਕਿਨ ਅਭੀ ਤੋ ਮੰਦਿਰ ਅਭੀ ਜਬ ਮੰਦਿਰ ਬਣ ਰਿਹਾ ਹੈ ਤੋ ਭਾਈ ਦੇਖੋ ਅਪੋਜੀਸ਼ਨ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬੀਜੇਪੀ ਹੋ, ਉਹ ਤੋ ਹਮੇਸ਼ਾ ਅਪੋਜੀਸ਼ਨ ਪਾਰਟੀ ਕੋ ਕਹੀਂ ਨਾ ਕਹੀਂ ਤੋ ਉਨਕੋ कहीं ना कहीं तो उनको एक मुद्दा उठाना पड़ेगा कि लोगों को बताने के लिए, बिकॉज वो उनका काम है, पॉलिटिशियन का काम है। नाउ अगर हम बात करें भगवान की, तो भगवान का मतलब जो हमारी मानता है, जो लोगों को पता है कि भाई इतने सालों से वहां पर अयोध्या में राम जी का जन्म हुआ था, और सबको पता है कि अगर आप इतिहास पढ़ोगे बाबरी मस्जिद के बारे में, तो वहां पर मंदिर तोड़ के बाबरी मस्जिद बनाई गई थी, जो कि पता है। और उसके बाद भी अगर आप देखोगे तो जब खुदाई भी करी है तो वहाँ पर भी काफी जो पुराने जो मंदिर के हिसाब से जो मूर्तियां होती वो निकली है। उसके अलावा और भी काफी जगह पे है जो हमने देखा हुआ है कि काफी जगह पे मस्जिदों के पीछे और नीचे मूर्तियां बनी हुई है जो उन्होंने ढक दी है या कलर कर दिया है। तो देखो मंदिर मेरे हिसाब से जो मेरा ओपिनियन है वो तो अच्छी बात है, अच्छी बात बनी है। हाँ लेकिन उसके अगर उसके लोग राजनीति करते हैं वो अच्छी बात नहीं है। लेकिन ये अपोजिशन पार्टी की का मुद्दा है कि वो उनका उनको बोलना है तो वो उनका नेचर है, वो बोलेंगे चाहे कोई भी हो आज। अगर यही बात अगर कांग्रेस करती तो मोदी सरकार भी ऐसा करती, क्योंकि अपोजिशन पार्टी को कुछ ना कुछ मुद्दा तो चाहिए दूसरी सरकार के अगेंस्ट में, चाहे वो अच्छा भी काम करे तो भी। नहीं तो फिर आप लोग, मतलब आपका कहने का मतलब ये है कि आप लोग कहते हैं कि नहीं ये राम मंदिर नहीं होना चाहिए था अगर कांग्रेस सरकार ये करती, आप ये कहना चाह रहे हैं? नहीं, अगर कांग्रेस सरकार अगर मंदिर बनाती सपोज एग्जांपल में देखा तो कोई भी दूसरी अपोजिशन पार्टी बोलते नहीं मंदिर नहीं बनना चाहिए था या कुछ भी, तो उनको तो कोई मुद्दा चाहिए तो अपोजिशन पार्टी तो मुद्दा उठाएगी। ये तो कब से बोल रहे, पहले तो ये बोलते थे कि राम मंदिर बनेगा ही नहीं, ये तो इनको राम मंदिर बनाना ही नहीं है, खाली ये तो खाली पॉलिटिकल बातें हैं। मुकेश जी आप रिप्रेजेंट करते हैं इंडियन डायस्पोरा को यहाँ पर, तो जैसे कि अब आपने कहा कि आप कह रहे हैं कि बीजेपी सरकार जो है वो सबका साथ सबका विकास की बात करती है, यही कहना चाह रहे हैं आप? हाँ जी ठीक है। सो अब आप इस बात को भी मानेंगे कि इलाहाबाद में जब मस्जिद की जो जगह अलॉट हुई है तो प्रधानमंत्री मोदी वहां भी जाएंगे? जाना चाहिए उनको जी, तो एज एन आप रिप्रेजेंट करते हैं इंडियन डायस्पोरा को, अलॉट करी है तो वो उनका उनका फर्ज बनता है कि जैसे आपने मंदिर के लिए जगह बनाई है तो अगर मस्जिद के लिए भी, चाहे वो चर्च के लिए, क्योंकि एक भारत ही ऐसा देश है जहां पर हम सारे धर्म को सारी संस्कृति को मिला के चलते हैं। अगर आप मक्का मदीना चली जाओ
मक्का मदीना में आपको अदर देन मुस्लिमों को अलाउड नहीं है के? तो लेकिन ये भारतीय ऐसी एक हमारी एक संस्कृति, भारतीय संस्कृति में बोलूंगा वो ही एक संस्कृति जहां पर पूरा फ्रीडम है, लोगों को बोलने का फ्रीडम है, हर धर्म का फ्रीडम है करने को। ठीक तो है। उनका सोहन जी, सोहन सिंह जी ऐड करना चाहोगे कुछ? जी सोहन सिंह खालसा जी ऐड करना चाहोगे अपने तुसी? जी बिल्कुल, जी बिल्कुल, मैं दे विच बिल्कुल ऐड करना चाहूंगा जी। अगर प्रधानमंत्री नरेंद्र मोदी जी मस्जिद दे नी पत्थर ते नहीं जांदे ते एदा मतलब है उन्होंने जेड़ा भारत दा सेकुलरिज्म सी ओदा भोग पा दित्ता, उन्होंने बिल्कुल खत्म कर दित्ता। मेरा एक जेड़ा बड़ी वड्डी जेड़ी टेंशन वाली गल है, इस राम मंदिर दे नी पत्थर तो पहला एक गाना रिलीज होया, वो गाने दे बोल सुन के मतलब तुसी समझ जाओगे कि बीजेपी दे इरादे की है। वो गाने दे बोल ने जो ना बोले जय श्री राम उसको भेजो कब्रस्तान, मतलब चाहे हिंदू होवे, चाहे हिंदू ने ते बोलना ही है जय श्री राम, जबरदस्ती जेड़ा सिख कोलो भी जा घट गिणतियां कोलो जय श्री राम बुलाया जाएगा। यह गाना सोशल मीडिया ते रिलीज होया और बड़े बड़े पंदर ते बहुत बड़ी कास्ट करके बनाया। इस करके अगर मोदी जी मस्जिद ते नहीं पत्थर ते नहीं जाते, चाहे उन्होंने कानूनी दाव के जी जुडिशरी भी उन्होंने है ये मंदिर में बना लिया, मैं मंदिर के खिलाफ नहीं, जिन्हों का मंदिर है वह उत्थे जा, पर जे मोदी साहब मस्जिद ते नहीं पत्थर ते नहीं जाती एदा मतलब भारत का जेड़ा सैकुलरिज्म है वह बिल्कुल खत्म कर दिता गया। कोई मुद्दा चाहे वह महंगाई का मुद्दा आ, चाहे वह भारत के अंदर घट गुणतियां का मुद्दा है, चाहे वह जी डी पी का मुद्दा है, चाहे भ्रिष्टाचार का मुद्दा आ, चाहे चाइना वाला मसला आ, वो सारे खत्म करके एक मंदिर की राजनीति भाजपा जी 2022 दी इलेक्शन भी जितनिया चाहती है, इस बाद कुछ नहीं है, एक स्टंट है, ड्रोन स्टंट है, इस बाद कुछ नहीं है। मेहरबानी मेहरबानी सोहन सिंह खालसा जी, मेहरबानी मुकेश मोदी जी, तुसी अपने प्रतिक्रम रखे। फिलहाल मैं एक ब्रेक लिए इतने रुक रहा, ब्रेक तो बाद असी समीकरण करांगे कि असी अमेरिका की धरती के उत्ते वसदे हां, साडे आने वाले समय के विच सानू की करना चाहिए और साडी सोच की होनी चाहिए है, भावें भारत के विच जो मर्जी राजनीति हो रही होवे। मिलदे हां ब्रेक तो बाद। सो अयोध्या की धरती तो वो ए आवाज़ आँदी है, नारा आँदा या फिर ए जी गल कही जाती है, इस धरती के उत्ते कितना फर्क पैंदा उस उत्ते हुण मैं जरूर इस सैगमेंट के गल करांगा। मेरे नाल मौजूद ने संजीव जिंदल, अमेरिकन पॉलिटिक्स की गल हुंदी है तो सियासी माहिर भी ने, और जद गल अजिहे मुद्दियां दी हुंदी है तो फिर अपने प्रतिक्रम उन्होंने भी देने बनते हैं, और इनू आपां इस धरती के उत्ते किस तरीके नाल लईए, किस लिहाज नाल लईए, या फिर साउथ एशियंस की अगर इंटलैक्चुअल फोरम की असी गल करिए तो उहदे बकायदा प्रेजिडेंट भी ने संजीव जिंदल, वो इस मुद्दे नू किस तरीके नाल वेखते ने वो जाना बेहद जरूरी है। संजीव जी सारी गल्लां आपां वेख लईआं, तुसीं सुन भी लईआं, बट वैन इट कम्स टू यू नो इंटलैक्चुअल फोरम फॉर द साउथ एशियन एज एन साउथ एशियन और एज एन यू नो सिटीजन ऑफ अमेरिका, एज एन यू नो टैक्स पेयर ऑफ अमेरिका, वी आर लिविंग इन अमेरिका, साढ़े लिए ये मुद्दे किन्ने हावी होने चाहिए और सानू की इहदे उत्ते रिएक्शन देनी चाहिए है? हरकीरत जी, सब तो पहला तो यह जिहड़ा मुद्दा है अज की राजनीति का, जिहड़ी हिंदुस्तान च राजनीति धर्म के नाम से या राम मंदिर के नाम से हुई या जिस तरीके नाल भी इसनू लिया गया, वो हिंदुस्तान तक जे आपां गल नूं सोच के चलदे आं, क्योंकि हुण राजनीति जिहड़ी है वह एक पब्लिक सर्विस तो निकल के ना वो राजनीति धर्म बेस ते आ गई है। द रीज़न उहदे पिछे होया कि पोलराइजेशन ऑफ वोट्स करनिया ने असी कि साढ़े कोले जे बहुगिनती है तो असी जे उस धर्म का मुद्दा चकदे आं तो सानू वोटां ज़्यादा पै जाणगियां, पर जदों असी ਉੱਥੇ ਵੀ ਰਹਿੰਦੇ ਸੀ, ਇੰਡੀਆ 'ਚ ਰਹਿੰਦੇ ਸੀ, ਜਾਂ ਜਦੋਂ ਮੈਂ 2003 ਦੇ ਵਿੱਚ, ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ ਜਦੋਂ ਅਸੀਂ ਇੱਥੇ ਆਏ ਉਦੋਂ ਕੋਈ ਬਹੁਤ ਜ਼ਿਆਦਾ ਪਾਪੂਲੇਸ਼ਨ ਸਾਡੀ ਇਸ ਮੁਲਕ ਦੇ ਵਿੱਚ ਨਹੀਂ ਸੀ। 1947 ਤੋਂ ਪਹਿਲਾਂ ਵੀ ਦੇਖੋ ਜੇ ਤੁਸੀਂ, ਅਸੀਂ ਜਿਹੜਾ ਇਤਿਹਾਸ ਸਾਨੂੰ ਪੜ੍ਹਾਇਆ ਗਿਆ ਅਤੇ 1947 ਤੋਂ ਪਹਿਲਾਂ ਵੀ ਅਸੀਂ ਸਾਰੇ ਲੋਕ ਇਕੱਠੇ ਮਿਲ ਕੇ ਰਿਹਾ ਕਰਦੇ ਸੀ, ਉਦੋਂ ਧਰਮ ਦੀ ਰਾਜਨੀਤੀ ਨਹੀਂ ਸੀ, ਉਦੋਂ ਰਿਆਸਤਾਂ ਸੀਗੀਆਂ, ਰਿਆਸਤਾਂ ਦੇ ਨਾਲ ਰਜਵਾੜੇ ਸੀਗੇ, ਆਪਣੇ ਆਪਣੇ ਹਰੇਕ ਬੰਦਾ ਆਪਣੀ ਆਪਣੀਆਂ ਰਿਆਸਤਾਂ ਬਣਾ ਕੇ ਰੱਖੀਆਂ ਹੋਈਆਂ ਸੀ ਉਹਨਾਂ ਨੇ, ਪਰ ਸਾਨੂੰ ਯਾਦ ਆ ਕਿ ਅਸੀਂ ਸਾਰੇ ਭਰਾਵਾਂ ਭੈਣਾਂ ਵਾਂਗੂ ਉੱਥੇ ਰਹਿੰਦੇ ਸੀ। 1947 'ਚ ਜਿਹੜਾ ਬਟਵਾਰਾ ਹੋਇਆ ਉਹ ਧਰਮ ਦੇ ਬੇਸ 'ਤੇ ਹੋਇਆ। ਰੀਸੈਂਟਲੀ ਮੈਂ ਕਿਸੇ ਇੰਟਲੈਕਚੁਅਲ ਦੀ ਗੱਲ ਸੁਣ ਰਿਹਾ ਸੀ ਅਤੇ ਉਹ
बंदे ने बड़ी वधिया गल की कि जदों बंटवारा किया गया उस तो पहला जे यह बंटवारा दो कंट्रियां नू तोड़न वास्ते किया जाता तो एक अलग गल हुंदी जी, पर जे वह बंटवारा हिंदू या मुसलमान या हिंदू या सिख या मुसलमान के तौर पर किया गया उन्हें साढ़े दिलों के अंदर नफरत पैदा करती। 1947 तो यह काम शुरू होया जिहड़ा हुण कंटिन्यू हुंदा 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 वह पोलराइजेशन ऑफ वोट पर आ गया। ठीक है, तो वह जिहड़ी पोलराइजेशन वोट है हुण वह जिहड़ियां साडियां भावनावां नाल लड़न की या खेडन की जरूरत है कुर्सी वालियां दी, उन्होंने कुर्सी प्यारी है थोड़ी भावनावां प्यारियां नहीं, तुसीं कोई भी होवो किसी भी धर्म नूं बिलोंग करदे होवो। ਮੈਨੂੰ ਯਾਦ ਆ ਜਦੋਂ ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹੇ ਅਸੀਂ ਸਾਰੇ ਜਣੇ ਇਕੱਠੇ ਹੋਇਆ ਕਰਦੇ ਸੀ ਜੀ, ਸਾਨੂੰ ਕਦੇ ਅਸੀਂ ਕਦੇ ਕਿਸੇ ਤੋਂ ਇਹ ਨਹੀਂ ਪੁੱਛਿਆ ਸੀ ਵੀ ਤੂੰ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਤਾਂ ਅਸੀਂ ਤੇਰੇ ਨਾਲ ਦੋਸਤੀ ਕਰਾਂਗੇ। ਨਹੀਂ ਬਿਲਕੁਲ ਇਸ ਗੱਲ ਦੇ ਉੱਤੇ ਕੋਈ ਦੁਰਾਵਾ ਨਹੀਂ ਸੰਜੀਵ ਜੀ। ਤੁਹਾਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਹੈਗਾ ਹੁਣ ਅਮੈਰੀਕਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਕਿ ਇੱਥੇ ਵੀ ਜਿਹੜੇ ਹੁਣ ਸਾਡੇ ਇੰਡੀਅਨ ਡਾਇਸਪੋਰਾ ਦੀ ਗੱਲ ਕਰ ਲਈਏ, ਅਗਰ ਹਿੰਦੂ ਕਮਿਊਨਿਟੀ ਤੋਂ ਕੋਈ ਸੰਬੰਧ ਰੱਖਦਾ ਜਾਂ ਮੁਸਲਿਮ ਕਮਿਊਨਿਟੀ ਤੋਂ ਸੰਬੰਧ ਰੱਖਦਾ ਤਾਂ ਉਹ ਇੱਥੇ ਰਹਿ ਕੇ ਵੀ ਇੱਕ ਦੂਜੇ ਦੇ ਨਾਲ ਮਤਭੇਦ ਉਹਨਾਂ ਦੀ ਪੈਦਾ ਹੋ ਰਹੀ ਹੈ। ਅਗਰ ਅਸੀਂ ਆਪਣੇ ਗੁਆਂਢੀ ਮੁਲਕ ਦੀ ਗੱਲ ਕਰ ਲਈਏ ਪਾਕਿਸਤਾਨ ਦੀ ਤਾਂ ਉੱਥੇ ਵੀ ਸਾਨੂੰ ਮਤਭੇਦਾਂ ਦਾ ਜਿਹੜਾ ਖਾਮਿਆਜ਼ਾ ਹੈ ਉਹ ਇਸ ਕੰਟਰੀ ਦੇ ਉੱਤੇ ਯਾਨੀ ਕਿ ਅਮੈਰੀਕਾ ਦੇ ਵਿੱਚ ਵੀ ਭੁਗਤਣਾ ਪੈ ਰਿਹਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹਰਕੀਰਤ ਜੀ, ਪਰ ਜੇ ਤੁਸੀਂ ਵਾਹਗਾ ਬਾਰਡਰ ਦੀ ਗੱਲ ਕਰੀਏ ਜੀ, ਤੁਸੀਂ ਅੱਜ ਵੀ ਵਾਹਗਾ ਬਾਰਡਰ ਚਲੇ ਜਾਓ ਈਵਨ ਦੋ ਕਿ ਜੋ ਵੀ ਕੁਛ ਹਿੰਦੁਸਤਾਨ ਦੀ ਰਾਜਨੀਤੀ ਜਾਂ ਪਾਕਿਸਤਾਨ ਦੀ ਰਾਜਨੀਤੀ ਦੇ ਨਾਲ ਹੋ ਰਿਹਾ ਤਾਂ ਜਿੰਨੀ ਤਾਂਘ ਤੁਹਾਨੂੰ ਉਹਨਾਂ ਦੂਜੇ ਪਾਸੇ ਦੇਖਣ ਦੀ ਹੈ ਨਾ ਕਿ ਉਧਰ ਸਾਡੇ ਭਰਾ ਭੈਣ ਕਿਹੋ ਜਿਹੇ ਲੱਗਦੇ ਨੇ 1947 ਤੋਂ ਬਾਅਦ, ਉਨੀ ਹੀ ਤਾਂਘ ਨਾਲ ਉਹ ਤੁਹਾਡੇ ਕੰਨੀ ਦੇਖਦੇ ਨੇ ਕਿ ਸਾਡੇ ਜਿਹੜੇ ਹਿੰਦੁਸਤਾਨ 'ਚ ਭਰਾ ਭੈਣ ਰਹਿ ਗਏ ਨੇ ਉਹ ਕਿਹੋ ਜਿਹੇ ਲੱਗ ਰਹੇ ਨੇ ਜੀ। ਹੁਣ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਕਰਤਾਰਪੁਰ ਸਾਹਿਬ ਦਾ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਲਾਂਘਾ ਖੁੱਲ੍ਹਿਆ, ਹੁਣ ਜਿਹੜੀਆਂ ਫੈਮਿਲੀਜ਼ ਉੱਥੇ ਜਾ ਕੇ ਆਈਆਂ ਨੇ ਲੋਕ ਗਲੇ ਲੱਗ ਲੱਗ ਰੋਏ ਨੇ ਜੀ, ਭੁੱਬਾਂ ਮਾਰ ਮਾਰ ਰੋਏ ਨੇ ਕਿ ਜਿਹੜੇ ਸਾਡੇ ਭਰਾ ਭੈਣ ਉਹਨਾਂ ਟਾਈਮਾਂ ਦੇ ਵਿੱਚ ਅੱਡ ਹੋ ਗਏ ਸੀ। ਅੱਡ ਉਹ ਨਹੀਂ ਹੋਣਾ ਚਾਹੁੰਦੇ ਸੀ, ਰਾਜਨੀਤੀ ਨੇ ਅੱਡ ਕੀਤੇ, ਕੁਰਸੀਆਂ ਚਾਹੀਦੀਆਂ ਸੀ ਆਪਣੀਆਂ ਆਪਣੀਆਂ। ਹੁਣ ਜਿਹੜੀ ਗੱਲ ਤੁਸੀਂ ਅਮਰੀਕਾ ਦੀ ਧਰਤੀ 'ਤੇ ਕਰ ਰਹੇ ਹੋ, ਮੇਰਾ ਹਰ ਕਿਸੇ ਕਮਿਊਨਿਟੀ ਨਾਲ ਬੈਠਣਾ, ਮੈਂ ਸਲਾਮ ਵਾਲੇਕੁਮ ਵੀ ਕਹਿਣਾ। ਸ਼ੁਰੂ 'ਚ ਮੈਨੂੰ ਨਹੀਂ ਪਤਾ ਸੀ ਕਿ ਸਲਾਮ ਵਾਲੇਕੁਮ ਕਿਸ ਤਰੀਕੇ ਨਾਲ ਕਿਹਾ ਜਾਂਦਾ ਅਤੇ ਉਹਦਾ ਜਵਾਬ ਕਿਸ ਤਰੀਕੇ ਨਾਲ ਦੇਣਾ ਅਤੇ ਉਹਦਾ ਜਵਾਬ ਜਦੋਂ ਮੈਨੂੰ ਪਤਾ ਲੱਗਿਆ ਕਿ ਵਾਲੇਕੁਮ ਸਲਾਮ, ਉਹਦਾ ਮਤਲਬ ਹੈ ਕਿ ਜੇ ਮੈਂ ਤੁਹਾਡੀ ਸਲਾਮਤੀ ਦੀ ਦੁਆ ਮੰਗਦਾ ਤੇ ਸਾਹਮਣੇ ਵਾਲਾ ਕਹਿ ਰਿਹਾ ਮੈਂ ਵੀ ਤੇਰੀ ਸਲਾਮਤੀ ਦੀ ਦੁਆ ਮੰਗਦਾ। ਇੰਡੀਡ ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ, ਇੰਡੀਡ ਕਹਿੰਦੇ ਆ ਜੀ, ਤੇ ਉਹ ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਕਮਿਊਨਿਟੀਆਂ 'ਚ ਵਿਚਰੋਗੇ ਨਹੀਂ ਤੁਹਾਨੂੰ ਪਤਾ ਨਹੀਂ ਲੱਗਦਾ। ਠੀਕ ਹੈ, ਮੈਂ ਮੰਨਦਾ ਕਿ ਜਦੋਂ ਤੁਸੀਂ ਇੱਕ ਸਨਾਤਨ ਬੰਦੇ ਨਾਲ ਗੱਲ ਕਰਦੇ ਹੋ ਤੁਸੀਂ ਉਹਨੂੰ ਨਮਸਕਾਰ ਕਹਿੰਦੇ ਹੋ, ਦੋਨੋਂ ਹੱਥ ਜੋੜ ਕੇ ਅਦਬ ਸਹਿਤ ਨਮਸਕਾਰ ਕਹਿੰਦੇ ਹੋ, ਉਹਦਾ ਮਤਲਬ ਇਹ ਹੈ ਕਿ ਮੈਂ ਝੁਕ ਰਿਹਾ ਤੇਰੇ ਅੱਗੇ, ਆਈ ਗ੍ਰੀਟ ਯੂ ਟੂ ਵੈਲਕਮ ਇਨ ਟੂ ਮਾਈ ਹੋਮ। ਤੁਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਹੋ, ਬੋਲੇ ਸੋਨੇ ਹਾਲ ਕਹਿੰਦੇ ਹੋ, ਤੁਸੀਂ ਹੈਲੋ ਕਹਿੰਦੇ ਹੋ। ਤੁਸੀਂ ਕਮਿਊਨਿਟੀਆਂ 'ਚ ਜਾ ਕੇ ਦੇਖੋ ਉਹਨਾਂ ਦਾ ਤੁਹਾਡੇ ਨਾਲ ਕਿੰਨਾ ਕੁ ਪਿਆਰ ਹੈ। ਪਰ ਜੋ ਕੰਮ ਹੋ ਰਿਹਾ ਐਟ ਪ੍ਰੈਜੈਂਟ ਸਾਡੇ ਆਊਟ ਆਫ ਦਾ ਕੰਟਰੀ ਜਿਹੜੀਆਂ ਸਾਡੀਆਂ ਬੈਕ ਹੋਮਸ ਨੇ ਉਹ ਉਰੇ ਵੀ ਇਫੈਕਟ ਪਾਣਗੀਆਂ, ਡੈਫੀਨੇਟਲੀ ਪਾਣਗੀਆਂ। ਪਰ ਐਜ਼ ਏ ਸਾਊਥ ਏਸ਼ੀਅਨ ਸਾਨੂੰ ਇੱਕ ਚੀਜ਼ ਮੰਨ ਕੇ ਚੱਲਣੀ ਪਊ, ਅਸੀਂ ਉੱਥੇ ਬਹੁ ਗਿਣਤੀ ਜਾਂ ਘੱਟ ਗਿਣਤੀ ਦੀ ਤਾਂ ਗੱਲ ਕਰਦੇ ਹਾਂ ਜੀ, ਪਰ ਇੱਥੇ ਅਸੀਂ ਸਾਰੇ ਘੱਟ ਗਿਣਤੀ 'ਚ ਹਾਂ। ਬਿਲਕੁਲ ਬਿਲਕੁਲ, ਇੱਥੇ ਅਸੀਂ ਸਾਰੇ ਮਾਈਨੋਰਿਟੀ 'ਚ ਹਾਂ ਜੀ। ਪਰ ਜੇ ਸਾਡੇ ਜਿਹੜੇ ਰਾਜਨੀਤੀਕਾਰ ਨੇ ਜਿਹੜੇ ਬੈਕ ਹੋਮ ਅਤੇ ਥਿੰਕ ਟੈਂਕ ਜੋ ਜਿਨ੍ਹਾਂ ਨੂੰ ਜੋ ਵੀ ਨੇ ਉਹ ਕਿਸੇ ਦਾ ਵੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਜੇ ਉਹ ਉੱਥੇ ਇੱਦਾਂ ਦੀਆਂ ਹਰਕਤਾਂ ਕਰਨਗੇ ਤਾਂ ਸਾਡਾ ਜਿਹੜਾ ਫਿਊਚਰ ਜਿਹੜਾ ਸਾਨੂੰ ਅਗਲਾ ਆਉਣ ਵਾਲਾ ਫਿਊਚਰ ਹੈ ਇੱਥੇ ਉਹ ਕੋਈ ਬਹੁਤ ਵਧੀਆ ਦਿਖਾਈ ਨਹੀਂ ਦੇ ਰਿਹਾ। ਸਾਡੇ ਬੱਚਿਆਂ ਨੇ ਇੱਥੋਂ ਦੇ ਸਕੂਲਾਂ 'ਚ ਜਾਣਾ, ਸਾਡੇ ਬੱਚਿਆਂ ਨੇ ਇੱਥੇ ਗਰੋ ਅਪ ਹੋਣਾ, ਸਾਡੇ ਬੱਚਿਆਂ ਨੇ ਜਿਹੜਾ ਹੇਟ ਕ੍ਰਾਈਮ ਹੈ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਕਿ ਸਿੱਖ ਕਮਿਊਨਿਟੀ ਨਾਲ ਹੇਟ ਕ੍ਰਾਈਮ ਹੋ ਰਿਹਾ ਸੀ, ਦੇ ਆਰ ਰਿਲੇਟਿੰਗ ਟੂ ਸੰਬੜੀ ਐਲਸ, ਸਾਨੂੰ ਉਹਨਾਂ ਦੇ ਟਾਊਨ ਹਾਲਸ ਲਗਾ ਕੇ ਸਾਨੂੰ ਕਨਵੈਨਸ਼ਨਸ ਕਰਕੇ ਦੱਸਣਾ ਪਿਆ ਕਿ ਵੀ ਆਰ ਨਾਟ ਦਾ ਪੀਪਲ ਐਜ਼ ਏ ਟੈਰਰਿਸਟ। ਰਾਈਟ, ਦਿਸ ਇਜ਼ ਵਟ we want down here in America also, Sanjeev ji, and of course jehda tika laya ja raha us tika to bachan di sanu lod hai kyunki itthe assi jithe rehne hai itthe freedom of expression freedom of speech di gal kiti jandi hai itthe har religion nu ek hi akhan naal vekhya janda hai aur discrimination di koi vi jagah is mulk de vich nahi hai aur nahi honi chahidi। Sanjeev ji bahut bahut dhanwad tusi is de utte channa paya। So is vishe de utte kai sare ਅਸੀਂ ਪਹਿਲੂ ਵੇਖੇ, ਗੋਬਿੰਦ ਰਮਾਇਣ ਦੀ ਜਿੱਥੇ ਗੱਲ ਸੀਗੀ ਉੱਥੇ ਵੀ ਅਸੀਂ ਪ੍ਰਤੀਕਰਮ ਦਿੱਤੇ, ਮੁਸਲਿਮ ਕਮਿਊਨਿਟੀ ਨੂੰ ਕੀ ਕਹਿਣਾ ਸੀਗਾ ਉਹਨਾਂ ਨੇ ਵੀ ਆਪਣੀ ਗੱਲ ਰੱਖੀ। ਸੋ ਮੁੱਦਾ ਇਸ ਕਰਕੇ ਬਣਦਾ ਕਿਉਂਕਿ ਜਦ ਉਹਨਾਂ ਸਿਆਸੀ ਗਲਿਆਰਿਆਂ ਤੋਂ ਭਾਰਤ ਦੇ ਧਰਤੀ ਤੋਂ ਜਦ ਗੱਲ ਇੱਥੇ ਪਹੁੰਚਦੀ ਹੈ ਤਾਂ ਫਿਰ ਜ਼ਿੰਮੇਵਾਰੀ ਸਾਡੇ ਵੀ ਬਣ ਜਾਂਦੀ। ਤੁਸੀਂ ਈਮੇਲ ਕਰਕੇ ਵੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ, ਜਿਹਨਾਂ ਦੀ ਮੈਂ ਫੋਨ ਕਾਲਸ ਨਹੀਂ ਚੱਕ ਪਾਇਆ ਉਹਨਾਂ ਤੋਂ ਮੈਂ ਮਾਫ਼ੀ ਚਾਹਾਂਗਾ।
harkirat@justbroadcasting.com info@justbroadcasting.com ਦੇ ਉੱਤੇ ਲਿਖ ਕੇ ਭੇਜ ਸਕਦੇ ਹੋ। ਇਹੀ ਸੀਗਾ ਅੱਜ ਦਾ ਮੁੱਦਾ। ਮੈਂ ਹਾਂ ਹਰਕੀਰਤ ਸਿੰਘ ਆਲੂਵਾਲੀਆ, ਮੇਰੇ ਨਾਲ ਮੌਜੂਦ ਸੀਗੇ ਸੰਜੀਵ ਜਿੰਦਲ। ਧੰਨਵਾਦ, ਸਤਿ ਸ੍ਰੀ ਅਕਾਲ।